ਸਵੇਰੇ ਸਵੇਰੇ ਵਾਪਰਿਆ ਸਕੂਲ ਬੱਸ ਨਾਲ ਭਿਆਨਕ ਹਾਦਸਾ। ਇੱਕ ਵਿਦਿਆਰਥੀ ਦੀ ਮੌਤ ਤੇ ਕਈ ਬੱਚੇ ਹੋਏ ਜ਼ਖਮੀ। ਲੁਧਿਆਣਾ ਦੇ ਵਿਧਾਨ ਸਭਾ ਹਲਕੇ ਦੀ ਜਗਰਾਓਂ ਵਿੱਚ ਇੱਕ ਸਕੂਲ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਡਰਾਈਵਰ ਨੇ ਸਿੱਧੀ ਬੱਸ ਲਿਜਾ ਕੇ ਦਰਖਤ ਨਾਲ ਮਾਰ ਦਿੱਤੀ, ਜਿਸ ਕਰਕੇ ਕਈ ਵਿਦਿਆਰਥੀ ਜ਼ਖਮੀ ਤੇ ਇੱਕ ਦੀ ਤਾਂ ਮੌਤ ਹੀ ਹੋ ਗਈ। ਮੌਤ ਹੋਏ ਵਿਦਿਆਰਥੀ ਦਾ ਨਾਮ ਹਰਮਨ ਤੇ ਪਿੰਡ ਅਖਾੜਾ ਦੱਸਿਆ ਜਾ ਰਿਹਾ ਹੈ। ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਸਕੂਲ ਵੈਨ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹ ਦਰਖਤ ਨਾਲ ਟਕਰਾ ਗਈ। ਘਟਨਾ ਤੋਂ ਇੱਕ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਪਹੁੰਚੀ, ਪਰ ਇੱਕ ਘੰਟੇ ਤੋਂ ਬਾਅਦ ਵੀ ਸਕੂਲ ਦਾ ਕੋਈ ਵੀ ਪ੍ਰਸ਼ਾਸਨ ਘਟਨਾ ਸਥਲ ਤੇ ਨਹੀਂ ਆਇਆ। ਬੱਸ ਇੰਨੀ ਭਿਆਨਕ ਟੱਕਰੀ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਤਿੰਨ ਬੱਚੇ ਪੂਰੀ ਤਰ੍ਹਾਂ ਜ਼ਖਮੀ, ਇੱਕ ਦੀ ਮੌਤ। ਉਸਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸਥਾਨਕ ਲੋਕਾਂ ਵੱਲੋਂ ਕਿਹਾ ਗਿਆ ਕਿ ਡਰਾਈਵਰ ਦਾ ਕਿਸੇ ਤਰ੍ਹਾਂ ਦਾ ਨਸ਼ਾ ਕੀਤਾ ਹੋਇਆ ਸੀ, ਜੋ ਉਸਨੇ ਫੁੱਲ ਸਪੀਡ ਵਿੱਚ ਲਿਜਾ ਕੇ ਬੱਸ ਦਰਖਤ ਨਾਲ ਮਾਰ ਦਿੱਤੀ। ਲੁਧਿਆਣਾ ਦੇ ਵਿਧਾਨ ਸਭਾ ਹਲਕੇ ਦੀ ਜਗਰਾਓਂ ਵਿੱਚ ਇੱਕ ਸਕੂਲ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਡਰਾਈਵਰ ਨੇ ਸਿੱਧੀ ਬੱਸ ਲਿਜਾ ਕੇ ਦਰਖਤ ਨਾਲ ਮਾਰ ਦਿੱਤੀ, ਜਿਸ ਕਰਕੇ ਕਈ ਵਿਦਿਆਰਥੀ ਜ਼ਖਮੀ ਤੇ ਇੱਕ ਦੀ ਤਾਂ ਮੌਤ ਹੀ ਹੋ ਗਈ। ਮੌਤ ਹੋਏ ਵਿਦਿਆਰਥੀ ਦਾ ਨਾਮ ਹਰਮਨ ਤੇ ਪਿੰਡ ਅਖਾੜਾ ਦੱਸਿਆ ਜਾ ਰਿਹਾ ਹੈ। ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਸਕੂਲ ਵੈਨ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹ ਦਰਖਤ ਨਾਲ ਟਕਰਾ ਗਈ। ਘਟਨਾ ਤੋਂ ਇੱਕ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਪਹੁੰਚੀ, ਪਰ ਇੱਕ ਘੰਟੇ ਤੋਂ ਬਾਅਦ ਵੀ ਸਕੂਲ ਦਾ ਕੋਈ ਵੀ ਪ੍ਰਸ਼ਾਸਨ ਘਟਨਾ ਸਥਲ ਤੇ ਨਹੀਂ ਆਇਆ। ਬੱਸ ਇੰਨੀ ਭਿਆਨਕ ਟੱਕਰੀ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਤਿੰਨ ਬੱਚੇ ਪੂਰੀ ਤਰ੍ਹਾਂ ਜ਼ਖਮੀ, ਇੱਕ ਦੀ ਮੌਤ। ਉਸਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸਥਾਨਕ ਲੋਕਾਂ ਵੱਲੋਂ ਕਿਹਾ ਗਿਆ ਕਿ ਡਰਾਈਵਰ ਦਾ ਕਿਸੇ ਤਰ੍ਹਾਂ ਦਾ ਨਸ਼ਾ ਕੀਤਾ ਹੋਇਆ ਸੀ, ਜੋ ਉਸਨੇ ਫੁੱਲ ਸਪੀਡ ਵਿੱਚ ਲਿਜਾ ਕੇ ਬੱਸ ਦਰਖਤ ਨਾਲ ਮਾਰ ਦਿੱਤੀ।